ਕਿਉਂਕਿ ਅਗਰ ਤੁਸੀਂ ਵੇਖ ਰਹੇ ਹੋ ਪੰਜਾਬੀ ਮੀਨੀਆ ਸੋ ਆ ਗਿਆ ਮੈਂ ਇੱਕ ਵਾਰ ਫਿਰ ਤੋਂ ਥੀਏਟਰਸ ਦੇ ਵਿੱਚ ਸਿਨੇਮਾ ਘਰ ਦੇ ਵਿੱਚ ਕਿਉਂਕਿ ਵੀਕਐਂਡ ਹੈ ਔਰ ਫਰਾਈਡੇ ਆਉਣ ਵਾਲਾ ਹੈ ਫਿਲਮ ਵੀ ਆਉਣ ਵਾਲੀ ਹੈ ਪੰਜਾਬੀ ਫਿਲਮ ਐਨੀ ਹਾਓ ਮਿੱਟੀ ਪਾਓ ਥੀਏਟਰਸ ਦੇ ਵਿੱਚ ਆ ਰਹੀ ਹੈ 6 ਸਤੰਬਰ ਨੂੰ ਸੋ ਆਪਣੀ ਫੈਮਿਲੀ ਦੇ ਨਾਲ ਤੁਸੀਂ ਇਹ ਫਿਲਮ ਦੇਖਣ ਜਾਣੀ ਹੈ ਪਰ ਉਸ ਤੋਂ ਪਹਿਲਾਂ ਆਡੀਅੰਸ ਦਾ ਇਸ ਫਿਲਮ ਬਾਰੇ ਕੀ ਰਿਐਕਸ਼ਨ ਹੈ ਕਿ ਆਡੀਅੰਸ ਜਿਹੜੀ ਆ ਸਭ ਤੋਂ ਵੱਡੀ ਇੱਕ ਡਿਸੀਜਨ ਲੈਂਦੀ ਹੈ ਫਿਲਮ ਨੂੰ ਲੈ ਕੇ ਕਿ ਫਿਲਮ ਚੰਗੀ ਹੈ ਜਾਂ ਮਾੜੀ ਆ ਉਹਨਾਂ ਦਾ ਡਿਸੀਜਨ ਦੇਖ ਕੇ ਬਾਕੀ ਲੋਕ ਡਿਸਾਈਡ ਕਰਦੇ ਨੇ ਕਿ ਫਿਲਮ ਦੇਖਣ ਜਾਣੀ ਹੈ ਜਾਂ ਨਹੀਂ ਦੇਖਣ ਜਾਣੀ ਹੈ ਅਤੇ ਉਹ ਜਿਹੜਾ ਆ ਲੋਕਾਂ ਦਾ ਰਿਵਿਊ ਆ ਲੋਕਾਂ ਦੇ ਇਸ ਫਿਲਮ ਬਾਰੇ ਕੀ ਕਹਿਣਾ ਉਹ ਅਸੀਂ ਤੁਹਾਨੂੰ ਦਿਖਾਵਾਂਗੇ ਪੰਜਾਬੀ ਮੀਨੀਆ ਦੇ ਚੈਨਲ ਉੱਤੇ ਸੋ ਸਾਡੇ ਨਾਲ ਬਣੇ ਰਹੋ ਫਿਲਮ ਦੇਖਦੇ ਹਾਂ ਐਨੀ ਹਾਓ ਮਿੱਟੀ ਪਾਓ ਉਸ ਤੋਂ ਬਾਅਦ ਦੱਸਾਂਗੇ ਕਿ ਪਬਲਿਕ ਦਾ ਕੀ ਰਿਵਿਊ ਆ ਫਿਲਮ ਬਾਰੇ ਫਿਲਮ ਬਹੁਤ ਸੋਹਣੀ ਸੀ ਕਹਾਣੀ ਕਿਵੇਂ ਮੈਂ ਵਧੀਆ ਸੋਹਣੀ ਸੀ ਅਤੇ ਸਭ ਨੇ ਵਧੀਆ ਕੰਮ ਕੀਤਾ ਅਤੇ ਜੰਜੋਰ ਭਾਈ ਦੇ ਡਾਇਰੈਕਸ਼ਨ ਦਾ ਵਧੀਆ ਹੁੰਦੀ ਆ ਆਲਮੋਸਟ ਪਹਿਲੇ ਵੀ ਫਿਲਮ ਵਧੀਆ ਬਣਾਈ ਉਹਨਾਂ ਨੇ ਚੱਲਣਾ ਪੁੱਤ ਅਤੇ ਹੁਣ ਵੀ ਵਧੀਆ ਫਿਲਮ ਬਣਾਈ ਹੈ ਅਤੇ ਬਸ ਉਹ ਫਿਲਮ ਹੈ ਸਭ ਦੇਖਣੀ ਚਾਹੀਦੀ ਹੈ ਬਹੁਤ ਵਧੀਆ ਵਧੀਆ ਕਲਾ ਦਾ ਕਲਾਕਾਰਾਂ ਵਾਸਤੇ ਫਿਲਮ ਬਣਾਈ ਗਈ ਬਹੁਤ ਵਧੀਆ ਉਹ ਤਾਂ ਕਹਿਣ ਦੀ ਕੋਈ ਲਫ਼ਜ਼ ਹੀ ਨਹੀਂ ਕਰਨਾ ਵਾਸਤੇ ਕੋਈ ਲਫ਼ਜ਼ ਨਹੀਂ ਉਹਨਾਂ ਵਾਸਤੇ ਉਹ ਤਾਂ ਬਾ ਕਮਾਲ ਨੇ ਇੱਕ ਕਹਿੰਦੇ ਕਲਾਕਾਰ ਸੰਪੂਰਨ ਕਲਾਕਾਰ ਨੇ ਜਿੱਦਾਂ ਮਰਜ਼ੀ ਨਾਲ ਜਿੱਥੇ ਮਰਜ਼ੀ ਢਾਲ ਰੂਪ ਢਾਲ ਲਓ ਉਸੇ ਰੂਪ 'ਚ ਢਲ ਜਾਂਦਾ ਬੇਟੀ ਬਹੁਤ ਅੱਛੀ ਹੈ ਔਰ ਐਕਟਿੰਗ ਬਹੁਤ 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 ਅੱਛੀ ਬਹੁਤ ਸੋਹਣੀ ਬਹੁਤ ਸੋਹਣੀ ਬਹੁਤ ਸੋਹਣੀ ਹਾਂ ਪੂਰਾ ਸਮਾਂ ਬੰਨੇ ਆਪਣੇ ਪਰਿਵਾਰ ਨਾਲ ਆਓ ਤੇ ਦੇਖੋ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਐਂਟਰਟੇਨਿੰਗ ਬਹੁਤ ਕਾਮੇਡੀ ਔਰ ਹਰੇਕ ਕਰੈਕਟਰ ਦਾ ਬਹੁਤ ਵਧੀਆ ਰੋਲ ਸੀ ਪੰਜ ਤੋਂ ਪੰਜ ਹੀ ਦਵਾਂਗੇ ਜੀ ਬਹੁਤ ਵਧੀਆ ਸੀ ਜੀ ਬਹੁਤ ਵਧੀਆ ਬਹੁਤ ਵਧੀਆ ਪਿਕਚਰ ਬਣੀ ਹੈ ਅਲੱਗ ਕਨਸੈਪਟ ਹੈ ਅਲੱਗ ਹੀ ਮਤਲਬ ਸਾਰਾ ਕੁਛ ਬਹੁਤ ਹੀ ਵਧੀਆ ਬਣਿਆ ਹਾਸਾ ਮਜ਼ਾਕ ਵੀ ਬਹੁਤ ਹੈ ਟਾਈਮ ਆਊਟ ਆਊਟ ਆਫ ਟਾਈਮ ਕਾਫੀ ਚਿਰਾ ਬਾਅਦ ਇੱਕ ਨਵਾਂ ਸਬਜੈਕਟ ਜਿਹੜਾ ਸੀਗਾ ਫਿਰ ਦੇਖਣ ਨੂੰ ਮਿਲਿਆ ਮਤਲਬ ਬਹੁਤ ਅੱਛਾ ਲੱਗਾ ਸਾਰਿਆਂ ਦਾ ਹੀ ਅੱਛਾ ਸਾਰਿਆਂ ਦਾ ਅਨਮੋਲ ਦੇ ਬਾਰੇ ਕੁਛ ਕਹਿਣ ਦੀ ਲੋੜ ਨਹੀਂ ਹੁੰਦੀ ਕੰਮ ਓਵਰਆਲ ਸਾਰਿਆਂ ਦਾ ਵਧੀਆ ਬਹੁਤ ਸੋਹਣੀ ਮੂਵੀ ਬਹੁਤ ਸੋ ਫਿਲਮ ਕੈਸੀ ਲੱਗੀ ਹੈ ਤੁਹਾਨੂੰ ਆਡੀਅੰਸ ਨੇ ਦੱਸ ਦਿੱਤਾ ਤੇ ਪਿੱਛੇ ਜੋ ਰਸ਼ ਹੈ ਤੁਹਾਨੂੰ ਦੱਸ ਸਕਦਾ ਹੈ ਕਿ ਐਨੀ ਹਾਓ ਮਿੱਟੀ ਪਾਓ ਦੇਖਣ ਲਈ ਲੋਕ ਕਿਵੇਂ ਆਏ ਨੇ ਤੇ ਲੋਕਾਂ ਨੂੰ ਕੈਸੇ ਫਿਲਮ ਲੱਗੀ ਹੈ ਤੁਸੀਂ ਦੇਖ ਹੀ ਲਿਆ ਹੋਏਗਾ ਸੁਣ ਹੀ ਲਿਆ ਹੋਏਗਾ ਸੋ ਇਹ ਫਿਲਮ ਦੇਖਣਾ ਐਨੀ ਹਾਓ ਮਿੱਟੀ ਪਾਓ ਆਪਣੀ ਫੈਮਿਲੀ ਦੇ ਨਾਲ ਆਪਣੇ ਬੱਚਿਆਂ ਨੂੰ ਜ਼ਰੂਰ ਐਂਟਰਟੇਨਿੰਗ ਫਿਲਮ ਦਿਖਾਓ ਕਿਉਂਕਿ ਇਹ ਹੋ ਚੁੱਕੀ ਹੈ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ ਰੱਬ ਰਾਖਾ